ਤੁਹਾਡੀ ਨਵੀਂ ਦੋਸਤੀ ਪਈ ਹੈ ਭਾਜਪਾ ਨਾਲ ਅਤੇ ਆਉਣ ਵਾਲੇ ਕੀ ਅਸਰ ਰਹਿਣਗੇ, ਕਿੱਦਾਂ ਦੇ ਹੋਣਗੇ? ਦੇਖੋ, ਜਿਸ ਤਰੀਕੇ ਦੇ ਨਾਲ ਲੋਕ ਜੁੜ ਰਹੇ ਨੇ, ਮੈਂ ਸਮਝਦਾ ਬੜਾ ਵਧੀਆ ਰਿਜ਼ਲਟ ਰਹਿਣਗੇ। ਅਤੇ ਦੂਜੀ ਗੱਲ, ਅਸੀਂ ਪੰਜਾਬ ਦੇ ਲੰਬੇ ਭਵਿੱਖ ਨੂੰ, ਪੰਜਾਬ ਦੀਆਂ ਜੋ ਮੁਸ਼ਕਲਾਂ ਨੇ, ਸਮੱਸਿਆਵਾਂ ਨੇ, ਉਹਨਾਂ ਨੂੰ ਹੱਲ ਕਰਨ ਲਈ ਅਤੇ ਪੰਜਾਬ ਦੀ ਤਰੱਕੀ ਲਈ ਇਕੱਠੇ ਹੋਏ ਹਾਂ। ਅਤੇ ਸਾਡਾ ਪਹਿਲਾ ਨਿਸ਼ਾਨਾ ਹੀ ਹੋਏਗਾ ਵੀ ਪੰਜਾਬ ਦੇ ਲੰਬੇ ਸਮੇਂ ਤੋਂ ਲੜਕ ਰਹੇ ਮਸਲੇ, ਪੰਜਾਬ ਦੀਆਂ ਜੋ ਅੱਜ ਲੋੜਾਂ ਨੇ ਉਹ ਪੂਰੀਆਂ ਹੋਣ, ਅਤੇ ਫਿਰ ਆਪਣੇ ਆਪ ਹੀ ਜਿਹੜਾ ਹੈ ਸਾਡਾ ਜੋ ਇਹ ਅਲਾਇੰਸ ਹੈ ਹੋਰ ਮਜ਼ਬੂਤ ਹੋਏਗਾ। ਸੋ ਅਸੀਂ ਕੋਈ ਨਿੱਜੀ ਮਫਾਦ ਨਹੀਂ, ਮੈਂ ਸਮਝਦਾ ਸਾਡਾ ਪਹਿਲਾ ਮਨੋਰਥ ਇਹੀ ਹੈ ਵੀ ਪੰਜਾਬ ਦੀ ਤਰੱਕੀ ਅਤੇ ਖੁਸ਼ਹਾਲੀ ਹੋਵੇ, ਉਸ ਚੀਜ਼ ਨੂੰ ਮੁੱਖ ਰੱਖ ਕੇ ਅਸੀਂ ਇਕੱਠੇ ਹੋਏ। ਪੰਜ ਤਰੀਕ ਨੂੰ ਜੀ ਪ੍ਰਧਾਨ ਮੰਤਰੀ ਮੋਦੀ ਆ ਰਹੇ ਹੈ, ਤੁਹਾਨੂੰ ਉਹਨਾਂ ਤੋਂ ਕੀ ਆਸ ਲੱਗਦੀ ਹੈਗੀ? ਅਸੀਂ ਆਸ ਕਰਦੇ ਹਾਂ, ਅਸੀਂ ਆਪਦੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਨੇ 12 ਨੁਕਤੀ ਜਿਹੜਾ ਹੈ ਮੰਗ ਪੱਤਰ ਦਿੱਤਾ, ਜਿਹ 'ਚ ਪੁਰਾਣੇ ਜਿਹੜੇ ਮਸਲੇ ਲੰਬੇ ਚੱਲੇ ਆ ਰਹੇ ਨੇ ਪੰਜਾਬ ਦੇ, ਉਹ ਵੀ ਮੌਜੂਦਾ ਜਿਹੜੀਆਂ ਮਸਲੇ ਨੇ ਅਤੇ ਸਿੱਖਾਂ ਦੇ ਜਿਹੜੇ ਮਸਲੇ ਨੇ, ਇਹ 3-4 ਚੀਜ਼ਾਂ ਜਿਹੜੀਆਂ ਨੇ ਅਸੀਂ ਉਹਦੇ 'ਚ ਟੇਕਅਪ ਕੀਤੀਆਂ ਨੇ। ਅਤੇ ਸਾਨੂੰ ਉਮੀਦ ਹੈ ਵੀ ਉਹਨਾਂ 'ਚੋਂ, ਮੈਂ ਸਾਰੇ ਤਾਂ ਨਹੀਂ ਕਹਾਂਗਾ ਪਰ ਕਾਫੀ ਹੱਦ ਤੱਕ ਉਹਨਾਂ ਨੂੰ ਜਿਹੜਾ ਪ੍ਰਧਾਨ ਮੰਤਰੀ ਜੀ ਉਹਦੇ ਕੁਛ ਨਾ ਕੁਛ ਪੰਜਾਬ ਨੂੰ ਦੇ ਕੇ ਜਾਣਗੇ। ਸੰਯੁਕਤ ਅਕਾਲੀ ਦਲ ਕਿੰਨੀਆਂ ਸੀਟਾਂ 'ਤੇ ਚੋਣ ਲੜ ਰਿਹਾ ਜੀ? ਦੇਖੋ, ਹਜੇ ਕੋਈ ਇਹ ਫੈਸਲਾ ਨਹੀਂ ਹੋਇਆ, ਸਾਡਾ ਇੱਕੋ ਹੀ ਜਿਹੜਾ ਹੈ ਟੀਚਾ ਰੱਖਿਆ ਵੀ ਜਿਹੜੀਆਂ ਵੀ ਕੋਈ ਪਾਰਟੀ ਦਾ ਜਿਹਦੇ ਕੋਲ ਵਧੀਆ ਉਮੀਦਵਾਰ ਹੈ, ਜਿੱਥੋਂ ਜਿਹੜੀ ਜਿੱਤਣ ਦੀ ਸਥਿਤੀ 'ਚ ਆ, ਉਹਨਾਂ ਨੂੰ ਸੀਟ ਤੋਂ ਉੱਥੋਂ ਉਮੀਦਵਾਰ ਬਣਾਏ ਜਾਣ। ਕਿਸੇ ਨੂੰ ਲੱਗਦਾ ਨਹੀਂ ਆ ਵੀ ਤੁਹਾਨੂੰ ਪਿੰਡਾਂ ਦੇ ਵਿੱਚ ਇਸ ਵਿਰੋਧ ਦਾ ਸਾਹਮਣਾ ਕਰਨਾ ਪਊਗਾ ਜਿਵੇਂ ਪਿੰਡਾਂ 'ਚ ਅੱਜ ਵੀ? ਦੇਖੋ, ਅਸੀਂ ਗੱਲ ਮੋਦੀ ਪੱਖੀ ਲੋਕ ਹੈਗੇ ਹਾਂ, ਦੇਖੋ ਗੱਲ ਇਹ ਹੈ, ਪਹਿਲਾਂ ਤਾਂ ਸਭ ਤੋਂ ਵੱਡਾ ਮੁੱਦਾ ਸੀ ਕਾਲੇ ਕਾਨੂੰਨ, ਅਸੀਂ ਵੀ ਉਹਦੇ ਵਿਰੋਧ ਸੀਗੇ, ਉਹਦੇ ਕਰਕੇ ਢੀਂਡਸਾ ਸਾਹਿਬ ਨੇ ਆਪਦਾ ਪਦਮ ਭੂਸ਼ਣ ਵੀ ਵਾਪਸ ਕੀਤਾ। ਪਰ ਹੁਣ ਜਿਵੇਂ ਕਿਸਾਨ ਯੂਨੀਅਨ ਦੇ ਆਗੂ ਰਾਜੇਵਾਲ ਸਾਹਿਬ ਨੇ ਵੀ ਕਿਹਾ ਵੀ ਜਿਹੜਾ ਮੇਨ ਮੁੱਦਾ ਜਿਹੜਾ ਹੈ ਕਿਸਾਨਾਂ ਦਾ ਉਹ ਹੱਲ ਹੋਇਆ, ਅਤੇ ਇਸ ਲਈ ਕਿਸੇ ਵੀ ਪਾਰਟੀ ਦਾ ਵਿਰੋਧ ਕਰਨ ਦਾ ਅਸੀਂ ਨਹੀਂ ਕਹਾਂਗੇ, ਉਹਦੇ ਵਿੱਚ BJP ਵੀ ਹੈ। ਅਤੇ ਅਸੀਂ ਦੇਖੋ, ਪਿਛਲਾ ਸਮਾਂ ਜ਼ਰੂਰ ਅਸੀਂ ਸਮਝਦੇ ਹਾਂ ਵੀ ਕੋਈ ਬਾਹਲਾ ਵਧੀਆ ਨਹੀਂ ਰਿਹਾ, ਪਰ ਸਾਨੂੰ ਅੱਗੇ ਪੋਜ਼ਿਟਿਵ ਹੋ ਕੇ ਚੱਲਣਾ ਪੈਣਾ। ਜੇ ਅਸੀਂ ਪੰਜਾਬ ਦੇ ਮਸਲੇ ਹੱਲ ਕਰਾਉਣੇ ਆ, ਪੰਜਾਬ ਦੀਆਂ ਕੋਈ ਮੰਗਾਂ ਅਸੀਂ ਬਣਾਈਏ, ਪੰਜਾਬ ਦੀ ਤਰੱਕੀ ਦੇ ਵਿੱਚ ਹਿੱਸਾ ਪਾਉਣਾ, ਤਾਂ ਸਾਨੂੰ ਕੇਂਦਰ ਦੀ ਜਿਹੜੀ ਪਾਰਟੀ ਆ ਉਹਨਾਂ ਨਾਲ ਭਾਗੀਦਾਰ ਹੋ ਕੇ ਹੀ ਅਸੀਂ ਕੁਛ ਨਾ ਕੁਛ ਪੰਜਾਬ ਵਾਸਤੇ ਲੈ ਸਕਦੇ ਹਾਂ। ਹਾਂ, ਵਿਰੋਧ ਲਈ ਤਾਂ ਵਿਰੋਧ ਅਸੀਂ ਜਿੰਨਾ ਮਰਜ਼ੀ ਕਰੀਏ, ਉਹਦੇ ਨਾਲ ਫਾਇਦਾ ਤਾਂ ਕੋਈ ਨਹੀਂ ਹੋਣਾ। ਬਰਮਪੁਰੇ ਵਰਗੇ ਅੱਗੇ ਇਲਾਕੇ ਜੀ, ਉਹ ਪੜ ਛੜੀ ਕਿਉਂ ਪੰਜ ਰਹੇ? ਉਹ ਲੰਬੇ ਸਮੇਂ ਤੋਂ ਦੇਖੋ ਉਹਨਾਂ ਦੀ ਗੱਲ ਚੱਲ ਰਹੀ ਸੀ, ਸਾਨੂੰ ਨੌਲੇਜ ਵੀ ਸੀਗਾ ਪਰ ਅਸੀਂ ਨਹੀਂ ਸੀ ਚਾਹੁੰਦੇ ਵੀ ਚਲੋ ਉਹ ਜਾਣ। ਉਹਨਾਂ ਦੀ 3-4 ਮਹੀਨਿਆਂ ਤੋਂ ਉੱਧਰ ਗੱਲ ਚੱਲ ਰਹੀ ਸੀ, ਅਤੇ ਤਾਂ ਹੀ ਤੁਸੀਂ ਦੇਖੋਗੇ ਉਹਨਾਂ ਦੀ ਇਕੱਲੀ ਸੀਟ ਹੈ ਜਿਹੜੀ ਉੱਥੇ ਅਕਾਲੀ ਦਲ ਬਾਦਲ ਨੇ ਉਮੀਦਵਾਰ ਨਹੀਂ ਸੀ ਐਲਾਨਿਆ। ਇਹ ਸਾਫ਼ ਸੀ ਵੀ ਉਹਨਾਂ ਨੂੰ ਇਹ ਇਸ ਗੱਲ ਦਾ ਸੀਗਾ ਇਲਮ ਵੀ ਬ੍ਰਹਮਪੁਰਾ ਸਾਹਿਬ ਵਾਪਸ ਆਉਣਗੇ, ਅਤੇ ਇਹਦਾ ਜਵਾਬ ਤਾਂ ਬ੍ਰਹਮਪੁਰਾ ਸਾਹਿਬ ਦੇ ਸਕਦੇ ਨੇ ਵੀ ਕਿਉਂ ਗਏ, ਉਹਨਾਂ ਨੇ ਸੌਹਾਂ ਖਾਧੀਆਂ। ਹੋਰ ਕਿਸੇ ਲੀਡਰ ਨੇ ਨਹੀਂ, ਜਿਹੜੀ ਪਹਿਲਾਂ ਅਕਾਲੀ ਦਲ ਟਕਸਾਲੀ ਬਣਾਇਆ ਸੀ ਉਹਨਾਂ ਨੇ ਇੱਕ ਗੱਲ ਦੀ ਅਕਾਲ ਤਖਤ ਸਾਹਿਬ 'ਤੇ ਜਾ ਕੇ ਪ੍ਰਤੀਗਿਆ ਕੀਤੀ ਸੀ ਵੀ ਅਸੀਂ ਵਾਪਸ ਜਿਹੜਾ ਬਾਦਲਾਂ ਨਾਲ ਹੱਥ ਨਹੀਂ ਮਿਲਾਵਾਂਗੇ, ਅਤੇ ਉਹਨਾਂ ਨੇ ਤੋੜੀ ਆ, ਉਹਦਾ ਜਵਾਬ ਲੋਕਾਂ ਨੂੰ ਉਹ ਦੇਣਗੇ, ਅਸੀਂ ਕੀ ਦੇਣਾ? ਕਿਸਾਨੀ ਮਸਲੇ ਦੇ ਹੱਲ ਦੀ ਕੀਤੀ ਹੈ ਗੱਲ, ਅਗਰਾਹਾਂ ਜਥੇਬੰਦੀ ਵੱਲੋਂ ਜਿਹੜਾ ਪ੍ਰਧਾਨ ਮੰਤਰੀ ਦੀ ਫੇਰੀ ਦਾ ਵਿਰੋਧ ਕਰਨ ਦਾ ਐਲਾਨ ਕੀਤਾ ਵੀ ਚਾਹੇ ਉਹ ਕਿਸਾਨ ਪਰਚੇ ਨੇ ਜਾਂ ਹੋਰ ਮੰਗਾਂ ਨੇ ਵੀ ਪੂਰਾ ਅਜੇ ਤੱਕ? ਦੇਖੋ, ਜਿਹੜੇ ਅਸੀਂ ਵੀ ਇਸ ਗੱਲ 'ਤੇ ਪੂਰੇ ਹਾਂ, ਅਸੀਂ ਸਾਰੀਆਂ ਮੰਗਾਂ ਪੂਰੀਆਂ ਕਰਾਉਣ ਲਈ ਅਸੀਂ ਪੂਰਾ ਦਬਾਅ ਪਾਵਾਂਗੇ, ਚਾਹੇ ਕਿਸਾਨਾਂ ਦੇ ਪਰਚੇ ਨੇ, ਚਾਹੇ ਜਿਹੜੇ ਸ਼ਹੀਦ ਹੋਏ ਨੇ ਉਹਨਾਂ ਨੂੰ ਮੁਆਵਜ਼ਾ ਦੇਣ ਦੀ ਗੱਲ ਹੈ, ਸਾਰਿਆਂ ਲਈ ਅਸੀਂ ਜਿਹੜੀ BJP 'ਤੇ ਪੂਰਾ ਦਬਾਅ ਸਾਡੀ ਪਾਰਟੀ ਬਣਾਏਗੀ ਵੀ ਉਹ ਮਸਲੇ ਹੱਲ ਹੋਣੇ ਚਾਹੀਦੇ ਨੇ, ਅਸੀਂ ਜਿਹੜਾ ਹੈ ਉਗਰਾਹ ਸਾਹਿਬ ਦੀ ਇਸ ਗੱਲ ਨਾਲ ਸਹਿਮਤ। ਦੂਜੀ ਗੱਲ, ਜਿਵੇਂ ਤੁਸੀਂ ਦੱਸਿਆ ਵੀ ਭਾਜਪਾ ਨਾਲ ਸਮਝੌਤੇ ਦੀ ਗੱਲ ਚੱਲੀ ਹੈ, ਬੀਬੀ ਨੇ ਬਿਆਨ ਦਿੱਤਾ ਪਿਛਲੇ ਦਿਨੀ ਵੀ ਜਿਹੜਾ ਪਦਮ ਸ਼੍ਰੀ ਦਿੱਤਾ ਗਿਆ ਸੀ ਉਹ ਇੱਕ ਢੀਂਡਸਾ ਸਾਹਿਬ ਨੂੰ ਸਾਈ ਪੜਾਈ ਗਈ ਸੀ, ਪਰ ਕਿਸਾਨ ਸੰਘਰਸ਼ ਦੇ ਦਬਾਅ ਹੇਠਾਂ ਜਿਹੜਾ ਇਹ ਲੰਮਾ ਚੱਲਿਆ ਜਿਹੜਾ ਹੁਣ ਹੈ ਉਹ ਸਮਝੌਤਾ ਹੋ ਗਿਆ, ਉਹ ਸੌਦਾ ਜਿਹੜਾ। ਦੇਖੋ, ਮੈਂ ਇੱਕ ਗੱਲ ਦੱਸਦਾ, ਅਸੀਂ ਕਦੇ ਨਹੀਂ ਕਿਹਾ ਵੀ ਸਾਡੇ ਰਿਲੇਸ਼ਨ BJP ਨਾਲ ਚੰਗੇ ਨਹੀਂ ਹੈਗੇ, ਪਰ ਅਸੀਂ ਜਿਹੜੇ ਕਿਸਾਨ ਸੰਘਰਸ਼ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਖੜ੍ਹੇ ਨਾਲ, ਸਭ ਤੋਂ ਪਹਿਲਾਂ ਢੀਂਡਸਾ ਸਾਹਿਬ ਨੂੰ ਚਿੱਠੀ ਲਿਖੀ, ਸਭ ਤੋਂ ਢੀਂਡਸਾ ਸਾਹਿਬ ਨੇ ਪਦਮ ਭੂਸ਼ਣ ਵਾਪਸ ਕੀਤਾ, ਆਲ ਪਾਰਟੀ ਮੀਟਿੰਗ 'ਚ ਵੀ ਅਸੀਂ ਸਪੱਸ਼ਟ ਰੂਪ ਵਿੱਚ, ਹਾਂਜੀ ਕਿ ਅਕਾਲੀ ਦਲ ਤਾਂ ਉਹਨਾਂ ਦੇ ਹੱਕ 'ਚ ਭੁਗਤਿਆ, ਅਸੀਂ ਸਪੱਸ਼ਟ ਰੂਪ ਵਿੱਚ ਉਹਦਾ ਵਿਰੋਧ ਕੀਤਾ। ਤੋ ਇਹ ਜੋ ਸਾਰਾ ਸਮੀਕਰਨ ਬਣੇ ਨੇ ਇਹ ਕਿਸਾਨਾਂ ਦੇ ਬਿੱਲ ਵਾਪਸ ਲੈਣ ਤੋਂ ਬਾਅਦ ਨੇ,
जे किसान बिल ना वापस होने असी मैं अज मैं कह रहा भी असी नहीं जाना सी उन्होंने, पर हुण कानून वापस हो गया जिहड़ा मेन मसला सी, हुण समीकरण बदले ने ते उस चीज़ नूं असी चाहुंदे आ भी इत्थे तक नहीं, असी पंजाब वास्ते कोई फायदा भी लईए क्योंकि केंद्र सरकार तो जे असी होर मंगा ने चाहे किसानां नूं करजे 'च कोई छोट दवाउणी है, माफ़ कराउणा है, पंजाब दे किसानी दे होर मसले हल कराउणे ने, उह भी केंद्र नहीं करने, ज़्यादा वड्डी ताकत केंद्र कोल है, जे असी उहनां दे नाल ਜਿਹੜਾ ਹੈ ਉਹਨਾਂ ਤੋਂ ਐਂ ਦੂਰੀ ਬਣਾ ਕੇ ਰੱਖਾਂਗੇ ਫਿਰ ਕਿਵੇਂ ਮਸਲੇ ਹੱਲ ਹੋਣਗੇ? ਵੱਡੇ ਫੈਸਲਿਆਂ ਦਾ 5 ਤਰੀਕ ਨੂੰ ਐਲਾਨ ਹੋ ਸਕਦਾ? ਦੇਖੋ ਅਸੀਂ ਬੇਨਤੀ ਤਾਂ ਉਹਨੂੰ ਕੀਤੀ ਹੈ ਅਤੇ ਉਮੀਦ ਹੈ ਵੀ ਕੁਛ ਨਾ ਕੁਛ ਐਲਾਨ ਜ਼ਰੂਰ ਹੋਣਗੇ ਇਹਦੇ 'ਚ। ਇੱਕ 14 ਕਰੋੜ ਦਾ ਘਪਲਾ ਕਰਨ ਦਾ ਤੁਹਾਡੇ 'ਤੇ ਐਲਾਨ ਵਾਰ-ਵਾਰ ਲੱਗ ਰਿਹਾ। ਮੈਂ ਮੇਰੀ ਗੱਲ ਸੁਣੋ, ਮੈਂ ਬੀਬੀ ਜੀ ਨੂੰ ਚੈਲੇਂਜ ਕਰਦਾ, 14 ਕਰੋੜ ਛੱਡੋ, ਬੀਬੀ ਜੀ 14 ਰੁਪਏ ਦਾ ਘਪਲਾ ਹੀ ਸਾਬਤ ਕਰ ਦੇਣ, ਮੈਂ ਸਿਆਸਤ ਛੱਡ ਦੂੰ, ਮੈਂ ਇਲੈਕਸ਼ਨ ਨਹੀਂ ਲੜਦਾ। 14 ਕਰੋੜ ਨਹੀਂ, 14 ਰੁਪਏ ਦਾ ਘਪਲਾ ਸਾਬਤ ਕਰ ਦੇਣ, ਮੈਂ ਇਲੈਕਸ਼ਨ ਨਹੀਂ ਲੜਦਾ। ਬੀਬੀ ਜੀ ਬੁਖਲਾਹਟ ਦੇ ਵਿੱਚ ਆ ਕੇ ਇਹੀਆਂ ਜਿਹੀਆਂ ਗੱਲਾਂ ਕਰ ਰਹੇ, ਤੁਹਾਡੀ ਸਰਕਾਰ ਹੈ ਬੀਬੀ ਜੀ ਨੂੰ ਪੁੱਛਣਾ ਚਾਹੁੰਦਾ, ਪਿਛਲੇ 5 ਸਾਲ ਤੋਂ ਤੁਹਾਡੀ ਸਰਕਾਰ ਹੈ, ਅੱਜ ਤੁਹਾਨੂੰ 5 ਸਾਲ ਪੂਰੇ ਹੋਣ ਤੋਂ ਬਾਅਦ ਘਪਘਪਲੇ ਦੇਖਣ ਲੱਗ ਪਏ, ਇਹ ਸਿਰਫ ਸਿਆਸਤ ਹੈ ਕਿਉਂਕਿ ਉਹਨਾਂ ਨੂੰ ਇਹ ਮਹਿਸੂਸ ਹੋ ਰਿਹਾ ਵੀ ਲੋਕ ਉਹਨਾਂ ਤੋਂ ਨਿਰਾਸ਼ ਨੇ, ਉਹਨਾਂ ਦੀ ਕਾਰਗੁਜ਼ਾਰੀ ਤੋਂ ਨਿਰਾਸ਼ ਨੇ ਵੀ ਉਹਨਾਂ ਨੂੰ ਹਾਰ ਦਿਖ ਰਹੀ ਹੈ, ਇਸ ਕਰਕੇ ਇਹੋ ਜਿਹੇ ਗੱਲਾਂ, ਚਾਹੇ ਉਹਨਾਂ ਨੇ ਕਿਹਾ ਜੀ ਫੈਕਟਰੀ ਉੱਥੇ ਲਿਆਉਂਦੀ ਸੀ ਮੈਂ ਰੋਕਤੀ, ਕਿਹੜੀ ਫੈਕਟਰੀ ਲਿਆਉਂਦੀ ਸੀ MLA ਜਾਂ ਮੈਂ ਕਿਸ ਰੂਪ 'ਚ ਰੋਕ ਸਕਦਾ ਕਿਸੇ ਨੂੰ ਵੀ ਲਿਆਉਣ ਤੋਂ? ਇਹ ਸਾਰੀਆਂ ਝੂਠੀਆਂ ਗੱਲਾਂ ਨੇ, ਆਪਦੀਆਂ ਕਮਜ਼ੋਰੀਆਂ ਲੁਕਾਉਣ ਲਈ ਬੀਬੀ ਜੀ ਇਹ ਗੱਲਾਂ ਕਰ ਰਹੇ। ਪਹੁੰਚ ਕੀਤੀ ਸੀ ਬੀਬੀ ਭੱਠਲ ਕੋਲ ਵੀ, ਤੁਸੀਂ ਸੁਨਾਮ ਚਲੇ ਜਾਓ ਮੈਂ ਲਹਿਰਾ? ਮੈਂ ਬਿਲਕੁਲ ਨਹੀਂ, ਬਿਲਕੁਲ ਨਹੀਂ, ਅਸੀਂ ਦੇਖੋ ਬੀਬੀ ਜੀ ਸਾਬਤ ਤਾਂ ਕਰਨ ਵੀ ਕਿਹੜੇ ਬੰਦੇ ਰਾਹੀਂ ਕੀਤੀ ਸੀ, ਕੀ ਕੀਤੀ ਆ, ਅਸੀਂ ਤਾਂ ਕੋਈ, ਮੈਂ ਦੇਖੋ ਅਸੀਂ ਤਾਂ ਲਹਿਰ ਲੜਨ 'ਤੇ ਸਪਸ਼ਟ ਹਾਂ, ਬੀਬੀ ਸੀ ਦੇ ਆਪ ਫੈਸਲਾ ਕਰਨਾ, ਉਹ ਕਿੱਥੇ ਲੜਨ? ਪਿਛਲੀ ਵਾਰ ਦੀ ਗੱਲ ਕਰ ਰਹੇ, 2000 ਕੋਈ ਐਸੀ ਗੱਲ ਨਹੀਂ ਹੋਈ, ਇਹ ਤਾਂ ਦੇਖੋ ਸਮਾਂ ਉਲਟਾ, ਹੁਣ ਜਿਹੜੀਆਂ ਗੱਲਾਂ ਕਹਿਣੀਆਂ ਪੈਂਦੀਆਂ, ਬੀਬੀ ਜੀ ਭੱਜਣ ਦੀ ਕੋਸ਼ਿਸ਼ ਕਰ ਰਹੇ ਸੀ, ਉਹ ਤਾਂ ਉਹਨਾਂ ਦੀ ਪਾਰਟੀ ਨੇ ਉਹਨਾਂ ਨੂੰ ਭੱਜਣ ਨਹੀਂ ਦਿੱਤਾ, ਬੀਬੀ ਜੀ ਤਾਂ ਹੁਣ ਵੀ ਭੱਜਣ ਦੀ ਕੋਸ਼ਿਸ਼ ਕਰ ਰਹੇ ਸੀ, ਉਹਨਾਂ ਦੀ ਪਾਰਟੀ ਨੇ ਭੱਜਣ ਨਹੀਂ ਦਿੱਤਾ, ਇਹ ਉਹਨਾਂ ਦੀ ਪਾਰਟੀ ਨੇ ਉਹਨਾਂ ਨੂੰ ਇੱਥੋਂ ਲੜਾਇਆ ਹੈਗਾ ਧੱਕੇ ਨਾਲ, ਨਹੀਂ ਬੀਬੀ ਜੀ ਹੁਣ ਤੱਕ ਕਰਦੇ ਛੱਡ ਕੇ ਚਲੇ ਗਏ। ਜਿਵੇਂ ਸਿੱਧੂ ਸੁਖਵੀਰ ਪੁਲਿਸ ਦਾ ਅਕਸ਼ ਖਰਾਬ ਕਰਨ ਲਈ ਹਰ ਰੋਜ਼ ਇਹ ਬਿਆਨ ਦੇਣਾ, ਕੋਈ ਉਹਨਾਂ ਦੱਸ ਐਡੇ ਪਾਰਟੀਆਂ ਦੇ ਪ੍ਰਧਾਨ ਹੋ ਕੇ ਇਹੋ ਜਿਹੇ ਬਿਆਨ ਦੇਣੇ, ਸਮਝ ਆਏ? ਠੀਕ ਹੈ ਪੁਲਿਸ ਵਿੱਚ ਵੀ ਮਾੜੇ ਅਨਸਰ ਨੇ, ਪਰ ਜੇ ਤੁਸੀਂ ਸਾਰੀ ਪੁਲਿਸ ਨੂੰ ਮਾੜੀ ਕਹੋ ਇਹ ਮੈਂ ਚੰਗੀ ਨਹੀਂ ਗੱਲ ਕਹੂੰਗਾ, ਹਰ ਚੀਜ਼ ਦੀ ਕੋਈ ਲਿਮਿਟ ਹੁੰਦੀ ਹੈ। ਤੁਸੀਂ ਇਸ ਲੈਵਲ 'ਤੇ ਜਿਹੜੀ ਬਿਆਨਬਾਜ਼ੀ ਕਰਦੇ ਹੋ, ਸੁਖਬੀਰ ਸਿੰਘ ਬਾਦਲ ਖੁਦ ਹੋਮ ਮਿਨਿਸਟਰ ਰਹੇ ਨੇ, ਅਤੇ ਫਿਰ ਤੁਹਾਡੀ ਕਿੱਡੀ ਵੱਡੀ ਜ਼ਿੰਮੇਵਾਰੀ, ਤੁਸੀਂ ਕਹੋ ਵੀ ਇੱਕ ਤਾਂ ਤੁਸੀਂ ਹੋਮ ਮਿਨਿਸਟਰ ਰਹੇ ਹੋ, ਤੁਸੀਂ ਫਿਰ ਕਹੋ ਵੀ ਸਾਰੀ ਪੁਲਿਸ 500-500 ਰੁਪਈਆ ਜਾਂ ਲੋਕਾਂ ਦੀ ਜੇਬਾਂ 'ਚੋਂ ਕੱਢਦੀ ਆ, ਉਸਦਾ ਮਤਲਬ ਤਾਂ ਤੁਸੀਂ ਉਹਦੇ ਵਾਸਤੇ ਜ਼ਿੰਮੇਵਾਰ ਹੋ, ਤੁਸੀਂ ਕੁਛ ਨਹੀਂ ਕੀਤਾ ਜਦ ਤੁਸੀਂ ਹੋਮ ਮਿਨਿਸਟਰ ਰਹੇ। ਹਾਂ, ਇਹਨੂੰ ਸੁਧਾਰ, ਸਿਸਟਮ ਨੂੰ ਸੁਧਾਰਨ ਦੀ ਲੋੜ ਹੈ, ਪੁਲਿਸ ਦੇ ਵਿੱਚ ਸੁਧਾਰ ਕਰਨ ਦੀ ਲੋੜ ਹੈ, ਪਰ ਇਕੱਲੇ ਦੋਸ਼ ਦੇਣ ਨਾਲ ਕੋਈ ਹੱਲ ਨਹੀਂ ਹੋਣਾ। ਜਿਵੇਂ ਲੱਗੇ ਇੱਕ ਚੋਣ ਮਨੋਰਥ ਪੱਤਰ 'ਚ ਪੰਜਾਬ ਦੇ ਭਲੇ ਵਾਸਤੇ ਕੀ ਕੁਛ ਤੁਸੀਂ ਇਹਦੇ ਵਿੱਚ ਲੈ ਰਹੇ ਹੋ ਜੀ? ਦੇਖੋ ਅਸੀਂ ਬੈਠ ਕੇ ਹਜੇ ਅਸੀਂ ਆਪਦਾ ਤਿਆਰ ਕੀਤਾ ਸੀ, ਚਲੋ ਹੁਣ ਇਹ ਫੈਸਲਾ ਹੋਇਆ ਵੀ ਸਾਂਝਾ ਮਨੋਰਥ ਪੱਤਰ ਤਿਆਰ ਕਰਨਾ, ਉਹ ਕਰਾਂਗੇ। ਦੇਖੋ ਅਸੀਂ ਚਾਹੁੰਦੇ ਹਾਂ ਵੀ ਪੰਜਾਬ ਦੇ ਲੰਬੇ ਭਵਿੱਖ ਲਈ ਕੁਛ ਨਾ ਕੁਛ ਪੰਜਾਬ ਵਾਸਤੇ ਹੋਵੇ, ਜਿਹਦੇ ਨਾਲ ਸਾਡੀਆਂ ਜੋ ਸਮੱਸਿਆਵਾਂ ਨੇ, ਚਾਹੇ ਗਰੀਬੀ ਹੈ, ਉਹਦੇ ਵਾਸਤੇ ਜਿਹੜਾ ਮਿਹਨਤ ਕਸ਼ ਬੰਦਾ ਉਹਦੀ ਮਿਹਨਤ ਉਹਨੂੰ ਮੁੱਲ ਮਿਲਣਾ ਚਾਹੀਦਾ। ਉਹਦੇ ਵਾਸਤੇ ਮੈਂ ਸਮਝਦਾ ਜਿਹੜੀ ਮਿਨੀਮਮ ਵੇਜ ਹੈ ਉਹ ਵਧਾਉਣਾ ਚਾਹੀਦਾ, ਮਿਨੀਮਮ ਵੇਜ ਐਕਟ ਵਿੱਚ ਅਮੈਂਡਮੈਂਟ ਕਰਨੀ ਚਾਹੀਦੀ ਹੈ, ਅੱਜ 9700 ਮਿਨੀਮਮ ਵੇਜ, ਇੱਕ ਮੁਸ਼ਤ ਵਧਾ ਕੇ ਉਹਨੂੰ 1500-15000 ਕਰਨਾ ਚਾਹੀਦਾ, ਅਤੇ ਇਹਦੇ ਨਾਲ ਗਰੀਬ ਨੂੰ ਸਹਾਰਾ ਲੱਗੂਗਾ ਅਤੇ ਉਹਨੂੰ ਆਪਦੀ ਮਿਹਨਤ ਦਾ ਸਹੀ ਮੁੱਲ ਮਿਲੂ। ਉਸਦੇ ਨਾਲ ਨਾਲ ਰੈਗੂਲਰਲੀ ਵਧਾਉਣੇ ਚਾਹੀਦੇ ਨੇ ਮਿਨੀਮਮ ਵੇਜ, ਫਿਰ ਜਿਹੜੇ ਬੇਰੁਜ਼ਗਾਰੀ ਨੂੰ ਰੋਕਣ ਲਈ ਸਾਡੇ ਜਿਹੜੇ ਗਰੀਬ ਪਰਿਵਾਰਾਂ ਦੇ ਬੱਚੇ ਨੇ ਉਹਨਾਂ ਨੂੰ ਸਰਕਾਰ ਵੱਲੋਂ ਜਿਹੜੇ ਨੇ ਬਿਨਾਂ ਵਿਆਜ ਤੋਂ ਕਰਜ਼ੇ ਮੁਹੱਈਆ ਕਰਾਉਣੇ ਚਾਹੀਦੇ ਨੇ, ਜਿਹੜੀ ਰਾਸ਼ੀ ਹੌਲੀ ਹੌਲੀ ਕਰਕੇ ਵਧਾਈ ਜਾਵੇ, ਇਹ 5 ਸਾਲ ਦਾ ਸਮਾਂ ਉਹਨਾਂ ਨੂੰ ਮਿਲੇ ਤਾਂ ਕਿ 5 ਸਾਲਾਂ 'ਚੋਂ ਆਪਦਾ ਕਾਰੋਬਾਰ ਅਸਟੈਬਲਿਸ਼ ਕਰ ਲਏ ਅਤੇ ਉਹ ਸਰਕਾਰ ਉਹਨਾਂ ਦੀ ਉਸ ਸਮੇਂ 'ਚ ਮਦਦ ਕਰੇ, ਜਿੰਨੀ ਵੀ ਰਾਸ਼ੀ ਹੈ ਜਿਸ ਬਿਜ਼ਨਸ ਵਾਸਤੇ ਜਿਹਦੀ ਰਾਸ਼ੀ ਚਾਹੀਦੀ ਹੈ ਉਹ ਮੁਹੱਈਆ ਕਰਾਵੇ, ਅਤੇ ਇਸ ਤਰੀਕੇ ਦੇ ਨਾਲ ਅਸੀਂ ਪੰਜਾਬ ਦਾ ਜਿਹੜੀਆਂ ਇਹ ਵੱਡੀਆਂ ਸਮੱਸਿਆਵਾਂ ਨੇ ਇਹਨਾਂ ਨਾਲ ਅਸੀਂ ਜੂਝ ਸਕਦੇ ਹਾਂ। ਜੇ ਅਸੀਂ ਕਹੀਏ ਵੀ ਸਾਰਾ ਕੁਛ ਸਾਰਿਆਂ ਨੂੰ ਫ੍ਰੀ ਦੇ ਕੇ ਮਸਲਾ ਹੱਲ ਹੋ ਸਕਦਾ, ਉਹ ਕੰਮ ਸਮਾਂ ਪਾਰਟੀਆਂ ਪੰਜਾਬ ਨੂੰ ਪਿੱਛੇ ਤੱਕ ਰਹੀ ਹੈ, ਸਿਰਫ ਜੇ ਫ੍ਰੀ ਦੇਣਾ ਗਰੀਬਾਂ ਨੂੰ ਦਿਓ, ਜਿਹੜੇ ਅਤੀ ਲੋੜਵੰਦ ਨੇ, 20% ਲੋਕ ਪੰਜਾਬ ਦੇ ਐਸੇ ਨੇ ਜਿਨ੍ਹਾਂ ਨੂੰ ਸਰਕਾਰ ਦੇ ਸਹਾਰੇ ਦੀ ਲੋੜ ਹੈ, ਹਾਂ ਉਹਨਾਂ ਨੂੰ ਤੁਸੀਂ ਦਿਓ, ਉਹਨੂੰ ਭਾਵੇਂ 1000 ਰੁਪਏ ਦੀ ਜਗ੍ਹਾ 'ਤੇ 2000 ਰੁਪਇਆ ਦੇ ਦਿਓ, ਪਰ ਸਾਰਿਆਂ ਨੂੰ ਫ੍ਰੀ ਦੀ ਗੱਲ ਪਾਉਣੀ। ਹੁਣ ਜਿਹੜਾ ਬੰਦਾ ਕੋਈ ਔਰਤ ਹੈ, ਟੀਚਰ ਲੱਗੀ ਹੈ, ਮੁਲਾਜ਼ਮ ਲੱਗੀ ਹੈ, ਉਹਨੂੰ 50-60 ਹਜ਼ਾਰ ਰੁਪਇਆ ਘੱਟੋ ਘੱਟ ਤਨਖਾਹ ਆਉਂਦੀ ਹੈ, 1,00,000 ਰੁਪਈਆ ਆਉਂਦੀ ਹੈ, ਉਹਨੂੰ 1000 ਰੁਪਇਆ ਦਿਓਗੇ ਕੋਈ ਮਾਇਨੇ ਰੱਖਦੀ ਹੈ?
समा जे कोई बेचारी गरीब है जी बेचारी किसी के झाड़ू पोचा करती है आपका मसा रुजगार पाती उन्होंने कहो मत तुम 2000 दे दो कोई किसी सो ये नीतियां जड़िया ने बिना सोचे समझे ऐलान जो कर रहे हैं असं उन्होंने सहमत नहीं एक चन्नी सरकार मतलब ऐलान कर रही है दिनों दिन जी पर वादा पूरा जिसन लैके थां थां सड़क के धरने मुजहरे हो रहे हैं जी भी वो की देखते हो चन्नी सरकार देखो चन्नी सरकार का पहला तो सानू भी लगता सी चन्नी साहब कुछ ना कुछ करे बड़े जोश नाल चले पर दुख नाल कहना पैंदा भी जमीनी पद्धर ते कुछ नहीं कर सके सिर्फ ऐलान रह गए उन्हां दीआं फैसलिआं दी नोटिफिकेशन तक नहीं हुई मतलब जब तक फैसले की नोटिफिकेशन नहीं हो लागू किवें होणगे उसका मतलब तो यही है भी अफसरशाही जां कंट्रोल च नहीं जां जाण बुझ के उह करदे ने मेरे मैनूं इह लगदा भी कितें उन्हां दे मन च इह सीगा वी असीं इक वार ऐलान कर दो फिर लोकां नूं कह देंगे भी समां थोड़ा सी असीं नहीं कर सके भी उह लागू ਵਿੱਚ ਗੋਲ ਮੋਲ ਗੁੱਤ ਮੁੱਤ ਕਰ ਲਾਂਗੇ ਪਰ ਉਹ ਨਹੀਂ ਹੋਣਾ ਹੁਣ ਸਮਾਂ ਉਹਨਾਂ ਨੇ ਆਪਦੇ ਇੰਨੇ ਐਲਾਨ ਕਰਕੇ ਨਾ ਲਾਗੂ ਹੋਣ ਕਰਕੇ ਆਪਦਾ ਇੱਕ ਹਾਸੇ ਦੇ ਪਾਤਰ ਬਣ ਗਏ ਪੰਜਾਬ 'ਚ ਹੁਣ ਉਹ ਉਹਨਾਂ ਨੂੰ ਇੱਕ ਹਾਸੇ ਦੇ ਪਾਤਰ ਵਜੋਂ ਦੇਖਿਆ ਜਾਣ ਲੱਗੇ बाहर निकलने के लिए बाहर निकले दबाएं और अगर ये एक मोटराइज्ड कार्ड स्लॉट है